ਦੋਵੇਂ ਲੱਤਾਂ ਤੋਂ ਅਪਾਹਜ ਹੁੰਦੇ ਹੋਏ ਵੀ ਬੁਲੰਦ ਹੌਸਲੇ ਦੇ ਨਾਲ ਜ਼ਿੰਦਗੀ ਜਿਉ ਰਹੀ ਹੈ ਸਰਦੂਲਗੜ੍ਹ ਦੀ ਸਰਬਜੀਤ ਕੌਰ। ਗੱਲਬਾਤ ਕਰਦੇ ਹੋਏ ਸਰਬਜੀਤ ਕੌਰ ਨੇ ਦੱਸਿਆ ਕਿ ਬਚਪਨ ਦੇ ਵਿੱਚ ਮਾਂ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। 2.5 ਸਾਲ ਦੀ ਉਮਰ ਦੇ ਵਿੱਚ ਪੋਲੀਓ ਦੀ ਨਾ ਮੁਰਾਦ ਬਿਮਾਰੀ ਨਾਲ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਈ। ਤੁਸੀਂ ਸਿੱਖਿਆ ਮਹਿਕਮੇ ਚ ਬਤੌਰ ਮੁੱਖ ਅਧਿਆਪਕ ਦੇ ਤੌਰ ਤੇ ਅੱਜ ਕੱਲ ਕੰਮ ਕਰ ਰਹੇ ਹੋ, ਇਸ ਮੁਕਾਮ ਤੱਕ ਪਹੁੰਚਣ ਵਾਸਤੇ ਤੁਹਾਨੂੰ ਜਿਹੜੀਆਂ ਮੁਸ਼ਕਲਾਂ ਵਿੱਚ ਦੀ ਲੰਘਣਾ ਪਿਆ, ਕੀ ਸੰਘਰਸ਼ ਕਰਨਾ ਪਿਆ, ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਮੈਂ 2.5 ਸਾਲ ਦੀ ਸੀ ਜਦੋਂ ਪੋਲੀਓ ਦਾ ਸ਼ਿਕਾਰ ਹੋਈ ਹਾਂ। ਉਸ ਤੋਂ ਬਾਅਦ ਪੜ੍ਹਨਾ ਬਹੁਤ ਮੁਸ਼ਕਲ ਸੀ, ਸਮਝ ਸਕਦੇ ਹੋ ਤੁਸੀਂ ਸਾਰੇ। ਦੂਜੀ ਗੱਲ, ਬਚਪਨ ਦੇ ਵਿੱਚ ਹੀ ਪਿਤਾ ਦਾ ਸਾਇਆ ਗਿਆ, ਫਿਰ ਮਾਤਾ ਦਾ ਸਾਇਆ ਸਿਰ ਤੋਂ ਗਿਆ, ਹੋਰ ਵੀ ਮੁਸ਼ਕਲਾਂ ਸੀ। ਮੈਂ 10ਵੀਂ ਕਲਾਸ ਤੱਕ ਪਿੰਡ ਦੇ ਸਕੂਲ ਤੋਂ, ਫਿਰ ਪਲੱਸ ਟੂ ਸਰਦੂਲਗੜ੍ਹ ਸਕੂਲ ਤੋਂ ਲਗਭਗ 20 ਕਿਲੋਮੀਟਰ ਹਰ ਰੋਜ਼ ਬੱਸ ਦਾ ਸਫ਼ਰ ਤੈਅ ਕਰਕੇ ਜਾਂਦੀ ਰਹੀ। ETT ਬੁਢਲਾਡਾ ਤੋਂ ਕੀਤੀ, 60-65 ਕਿਲੋਮੀਟਰ ਬੱਸ 'ਤੇ ਹਰ ਰੋਜ਼ ਡੇਲੀ ਅਪ ਡਾਊਨ ਕਰਨਾ ਮੇਰੇ ਲਈ ਇੱਕ ਚੈਲੇਂਜ ਹੀ ਸੀ ਜਿਹੜਾ ਮੈਂ ਪੂਰਾ ਕੀਤਾ। ਉਸ ਤੋਂ ਬਾਅਦ ਮਤਲਬ ETT ਟੀਚਰ ਬਣੀ, ਫਿਰ ਹੁਣ ਇਸ ਟਾਈਮ ਮੈਂ ਮੁੱਖ ਅਧਿਆਪਕਾ ਦੇ ਤੌਰ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਕੁਸਲਾ ਵਿਖੇ ਆਪਦੀ ਸੇਵਾ ਨਿਭਾ ਰਹੀ ਹਾਂ। ਅੱਜ ਕੱਲ੍ਹ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਅੱਜ ਕੱਲ੍ਹ ਜ਼ਿੰਦਗੀ ਦੇ ਕੀ ਹਾਲਾਤ ਨੇ? ਕੋਈ ਉਲਝਣਾਂ ਵਿੱਚ ਉਲਝੇ ਹੋਏ ਹੋ ਜਾਂ ਖੁਸ਼ੀ ਖੁਸ਼ੀ ਜ਼ਿੰਦਗੀ ਚੱਲ ਰਹੀ ਹੈ? ਬਹੁਤ ਮੁਸ਼ਕਲ ਸਮਾਜਿਕ ਪਰਿਵਾਰਕ ਤੌਰ 'ਤੇ, ਮਤਲਬ ਜਿਹੜਾ ਮੇਰਾ ਪਰਿਵਾਰ ਹੈ ਉਹ ਇੱਕ ਬਿਖਰਿਆ ਹੋਇਆ ਪਰਿਵਾਰ ਹੈ। 2 ਸਾਲ ਦੀ ਬੱਚੀ ਹੈ ਮੇਰੀ ਜਿਹਨੂੰ ਮੈਂ ਇਕੱਲੀ ਪਾਲ ਰਹੀ ਹਾਂ। ਬਸ ਪਤਾ ਨਹੀਂ ਕਿਵੇਂ ਹੌਸਲਾ ਆ ਰਿਹਾ, ਜੀ ਰਹੀ ਹਾਂ ਬਸ। ਇੱਕ ਅੱਜ ਕੱਲ੍ਹ ਸਾਡੇ ਸਮਾਜ ਦੇ ਵਿੱਚ ਇੱਕ ਕੁਰੀਤੀ ਫੈਲੀ ਹੋਈ ਹੈ ਕਿ ਲੜਕੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ, ਤੁਹਾਨੂੰ ਲੱਗਦਾ ਵੀ ਇਹ ਗੱਲ ਜਾਇਜ਼ ਆ? ਬਿਲਕੁਲ ਨਹੀਂ, ਕੁੜੀਆਂ ਕਿਸੇ ਤੋਂ ਘੱਟ ਨਹੀਂ। ਮੈਂ ਇੱਕ ਹੈਂਡੀਕੈਪਟ ਹਾਂ, ਫਿਰ ਵੀ ਆਪਦੀ ਨੌਕਰੀ ਕਰਕੇ ਆਪਦਾ ਪਰਿਵਾਰ ਆਪਦਾ ਬੱਚਾ ਪਾਲ ਰਹੀ ਹਾਂ। ਸਮਾਜ ਦੇ ਵਿੱਚ ਵਧੀਆ ਨਾਮ ਹੈ ਆਪਦੇ ਪਰਿਵਾਰ ਦਾ ਵੀ ਅਤੇ ਮੇਰਾ ਵੀ। ਮੈਨੂੰ ਨਹੀਂ ਲੱਗਦਾ ਵੀ ਇਹ ਭਰੂਣ ਹੱਤਿਆ ਵਰਗੀ ਕੋਈ ਮਤਲਬ ਹੋਣਾ ਚਾਹੀਦਾ, ਠੀਕ ਹੈ, ਨਹੀਂ ਹੋਣਾ ਚਾਹੀਦਾ ਇਹ। ਮੇਰੀ ਸਾਰੀਆਂ ਭੈਣਾਂ ਨੂੰ, ਸਾਰੀਆਂ ਔਰਤਾਂ ਨੂੰ ਇਹੀ ਬੇਨਤੀ ਹੈ, ਕਦੇ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ। ਔਰਤ ਅਤੇ ਮਰਦ ਮੋਢੇ ਨਾਲ ਮੋਢਾ ਲਾ ਕੇ ਸਮਾਜ ਨੂੰ ਚਲਾਉਂਦੇ ਨੇ। ਮੈਂ ਸੋਚਦੀ ਹਾਂ ਇਕੱਲੀ ਔਰਤ ਵੀ ਸਮਾਜ ਨੂੰ ਚਲਾ ਸਕਦੀ ਹੈ, ਅਤੇ ਹੌਸਲਾ ਹੋਣਾ ਚਾਹੀਦਾ ਬਸ। ਹੌਸਲੇ ਬੁਲੰਦ ਰੱਖੋ, ਆਪਾਂ ਕਦੇ ਕਿਸੇ ਤੋਂ ਘੱਟ ਨਹੀਂ ਹੈਗੇ।